ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੀ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਰਾਜੇ ਨਵੀਂ ਅਪਡੇਟ ਇਹ ਹੈ ਕਿ ਪੰਜਾਬ ਦੇ ਵਿੱਚ ਨੌਕਰੀ ਲੈਣ ਵਾਲੇ ਕੈਂਡੀਡੇਟਾਂ ਲਈ ਨਵੇਂ ਸਿਲੇਬਸ ਨੂੰ ਲੈ ਕੇ ਕੁਝ ਗੱਲਾਂ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਰਾਜੇ ਠੀਕ ਹੈ ਬਹੁਤ ਬਹੁਤ ਵਧਾਈ ਦਿੰਦਾ ਕਿਹੜੀ ਗੱਲ ਦੀ ਕਿ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਥੱਲੇ ਜਿੰਨੇ ਵੀ ਕਮੈਂਟ ਕੀਤੇ ਸੀ ਸਾਰੇ ਤੁਸੀਂ ਪੋਜ਼ਿਟਿਵ ਕਮੈਂਟ ਕੀਤੇ ਆ ਠੀਕ ਹੈ ਕਿਸੇ ਵੀ ਬੱਚੇ ਨੇ ਕੋਈ ਵੀ ਨੈਗੇਟਿਵ ਕਮੈਂਟ ਨਹੀਂ ਕੀਤਾ ਤਾਂ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੁਹਾਡੀ ਇਹ ਗੱਲ ਤੋਂ ਤਾਂ ਮੈਂ ਇੱਕ ਇਹ ਚੀਜ਼ ਸਿੱਖ ਲਈ ਕਿ ਪੰਜਾਬ ਦੇ ਸਟੂਡੈਂਟ ਦੇ ਵਿੱਚ ਯਾਰ ਏਕਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਸਟੂਡੈਂਟਾਂ ਦਾ ਏਕਾ ਵੀ ਬਹੁਤ ਜ਼ਿਆਦਾ ਹੈ ਤੇ ਸਟੂਡੈਂਟਾਂ ਆਪ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਆਹ ਗੱਲ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਵਧੀਆ ਲੱਗੀ ਠੀਕ ਹੈ ਤੇ ਵੀਡੀਓ ਨੂੰ ਸਕਿਪ ਨਾ ਕਰੋ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਆਪਣਾ ਚੈਨਲ ਕਰ ਲਿਓ ਠੀਕ ਹੈ ਜੀ ਤੇ ਦੇਖੋ ਸਭ ਤੋਂ ਪਹਿਲਾਂ ਜਿਹੜੋ ਇਹ ਸਲੇਵਸ ਦੀ ਅਪਡੇਟ ਆਈ ਸੀ ਰਾਜੇ ਠੀਕ ਹੈ ਹੁਣ ਇਹਨੇ ਨਵਾਂ ਸਲੇਵਸ ਅਪਲੋਡ ਕਰਤਾ ਤੁਹਾਨੂੰ ਦਿਖਾਉਣਾ ਕਿ ਆਪਣੀ ਜਿੱਤ ਕਿਵੇਂ ਹੋਈ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਵੀਡੀਓ ਬਣਾਈ ਆਪਾਂ ਵੀਡੀਓ ਬਣਾ ਕੇ ਇਹ ਗੱਲ ਕਹੀ ਸੀ ਕਿ ਇਹਨੇ ਬਹੁਤ ਗਲਤ ਕੀਤਾ ਤੁਸੀਂ ਫੁੱਲ ਕਮੈਂਟ ਕੀਤੇ ਠੀਕ ਹੈ ਬਹੁਤ ਕੈਂਡੀਡੇਟਾਂ ਨੇ ਵੀਡੀਓ ਸ਼ੇਅਰ ਵੀ ਕੀਤੀ ਟਵਿੱਟਰ ਤੇ ਵੀ ਆਪਣੀ ਵੀਡੀਓ ਸੀ ਜਿਹੜੀ ਇਹਨਾਂ ਨੂੰ ਮਤਲਬ YouTube ਦਾ ਸਾਈਨ ਨਾਲ ਦੇ ਕੇ ਟਵਿੱਟਰ ਤੇ ਵੀ ਸੈੱਟ ਕੀਤੀ ਹੈ ਬਹੁਤ ਸਾਰੇ ਬੱਚੇ ਕੈਂਡੀਡੇਟਾਂ ਨੇ ਆਪਣੀ ਵੀਡੀਓ ਠੀਕ ਹੈ ਤੇ ਪੰਜਾਬ ਦੇ ਕੈਂਡੀਡੇਟਾਂ ਨੂੰ ਹਰ ਸਮੇਂ ਹਰ ਵੇਲੇ ਹਰ ਸਮੇਂ ਹਰ ਵੇਲੇ ਨਾਲ ਖੜਾਗੇ ਅਸੀਂ ਠੀਕ ਹੈ ਤੇ ਖੜੇ ਹੋਂ ਤੱਕ ਰਾਜੀ ਠੀਕ ਹੈ ਕੈਂਡੀਡੇਟ ਨੂੰ ਆਪਣੀ ਜਿੱਤ ਤੇ ਆਪਣੇ ਹੱਕ ਲਈ ਹਮੇਸ਼ਾ ਕਰਨਾ ਚਾਹੀਦਾ ਪੀਟਰਪਲਸ ਵੀ ਨੇ ਇੱਕ ਨਵਾਂ ਸਲੀਪਸ ਜਾਰੀ ਕੀਤਾਗਾ ਕੈਂਡੀਡੇਟਾਂ ਨੇ ਜਿੱਤ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਜੂਥ ਆਪਣੀ ਹੋਂਦ ਬਚਾਉਣਾ ਜਾਣਦਾ ਠੀਕ ਹੈ ਤਾਂ ਰਾਜੀ ਦੇਖੋ ਛੋਟੇ ਨਾਲ ਹਮੇਸ਼ਾ ਖੜੇ ਤੁਹਾਡੀ ਜਿੱਤ ਹੋਈ ਹੈ ਦੇਖੋ ਜਿਵੇਂ ਇਹਨਾਂ ਨੇ ਸਲੀਪਸ ਪੰਜਾਬੀ ਦਾ ਖਤਮ ਕਰਤਾ ਸੀ ਤਾਂ ਹੁਣ ਪੀਟਰਪਲਸ ਵੀ ਨੇ ਇੱਕ ਨਵਾਂ ਸਲੀਪਸ ਜਾਰੀ ਕੀਤਾ ਉਸ ਨੂੰ ਮ ਦਿਖਾਉਣਾ ਹੋਣਾ ਦੇਖ ਰਾਜੇ ਆ ਸਲੇਵਸ ਇਹਨਾਂ ਨੇ ਅਪਲੋਡ ਕਰ ਦਿੱਤਾ ਹੁਣ ਠੀਕ ਹੈ ਜੀ ਬਹੁਤ ਬਹੁਤ ਬੜੀਆਂ ਸਾਰੇ ਕੈਂਡੀਡੇਟਾਂ ਨੂੰ ਠੀਕ ਹੈ ਅੱਗੇ ਤੋਂ ਵੀ ਰਾਜੇ ਜੇ ਕੋਈ ਡਿਪਾਰਟਮੈਂਟ ਕੋਈ ਗਲਤੀ ਕਰਦਾ ਠੀਕ ਹੈ ਤਾਂ ਉਹਦੇ ਹੱਕ ਚ ਬੋਲੋ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਜਿੰਨੇ ਵੀ YouTube ਚੈਨਲ ਹੈ ਜਿੰਨੇ ਵੀ ਪੰਜਾਬ ਦੇ YouTube ਚੈਨਲ ਹੈ ਹਰੇਕ ਨੇ ਆ ਜਿਹੜੀ ਹਰੇਕ ਬੰਦੇ ਨੇ ਠੀਕ ਹੈ ਹਰੇਕ ਸਰ ਨੇ ਰਿਸਪੈਕਟ ਫੁਲੀ ਜਿੰਨੇ ਵੀ ਹੈਗੇ ਆਪਣੇ ਸਾਰੇ ਇਹ ਸਾਰੇ ਹਨ ਸਾਰੇ ਟੀਚਰਾਂ ਨੇ ਕਿਸੇ ਵੀ ਇੱਕ ਚੈਨਲ ਨੂੰ ਛੱਡ ਕੇ ਇੱਕ ਚੈਨਲ ਨੂੰ ਛੱਡ ਕੇ ਕਿਸੇ ਵੀ ਚੈਨਲ ਨੇ ਇਹ ਨਹੀਂ ਕਿਹਾ ਕਿ ਸਲੇਵਸ ਸਹੀ ਹੈ ਸਾਰੇ ਨੇ ਕਿਹਾ ਯਾਰ ਕਿ ਇਹ ਸਲੇਵਸ ਬਹੁਤ ਜ਼ਿਆਦਾ ਗਲਤ ਹੈ ਸਿੱਧੇ ਸਿੱਧੇ ਤੌਰ ਤੇ ਬਾਲਗ ਸਟੇਟਾਂ ਨਾਲੋਂ ਜਾਂ ਪੰਜਾਬ ਦੇ ਕੈਂਡੀਡੇਟ ਧੱਕਾ ਹੋ ਰਿਹਾ ਸਿੱਧੀ ਗੱਲ ਇਹ ਹੋਈ ਸੀ ਠੀਕ ਹੈ ਦ ਸਾਰੇ ਕੈਂਡੀਡੇਟ ਸਿਰਫ ਇੱਕ ਚੈਨਲ ਨੂੰ ਛੱਡ ਕੇ ਠੀਕ ਹੈ ਮੈਂ ਚੈਨਲ ਦਾ ਨਾਂ ਨਹੀਂ ਲੈਂਦਾ ਸੋਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਚੈਨਲ ਕਿਹੜਾ ਹੈਗਾ ਤੇ ਦੋ ਬੰਦੇ ਖੜੇ ਸੀ ਉਹ ਚੈਨਲ ਤੇ ਇੱਕ ਨਿਆਣਕਾ ਲੱਗਿਆ ਸੀ ਇੱਕ ਨਾਲ ਖੜਾ ਜਿਹੜਾ ਥੋੜੇ ਲੰਬੇ ਵਾਲ ਸੀ ਮੇਰੇ ਚੈਨਲ ਦਾ ਨਾ ਨਹੀਂ ਮੇਰੇ ਜਾ ਰਿਹਾ ਥੋੜੇ ਲੰਬੇ ਵਾਲ ਸੀ ਉਹਨਾਂ ਦੇ ਠੀਕ ਹੈ ਤੇ ਥੋੜਾ ਮੋਟਾ ਜਿਆਦਾ ਵੀ ਹੈਗਾ ਪਰ ਮੈਂ ਦੱਸਣਾ ਨਹੀਂ ਚਾਹੁੰਦਾ ਥੋੜੇ ਲੰਬੇ ਵਾਲ ਸੀ ਨਾਲ ਇੱਕ ਐਨਕਲਾ ਬੰਦਾ ਖੜਾ ਸੀ ਉਹਨਾਂ ਦੇ ਉਹ ਕਿਹੜੇ ਕਿਹੜੇ ਨੇ ਇਹਦੀ ਸਲੀਵਸ ਦੇ ਵਿੱਚ ਕੋਈ ਉਹ ਨਹੀਂ ਹੈਗੀ ਹਮੇਸ਼ਾ ਮੈਂ ਅੱਗੇ ਤੋਂ ਵੀ ਕਹਿਣਾ ਚਾਹੁੰਦਾ ਹਾਂ ਹੋਰ ਟੀਚਰਾਂ ਨੂੰ ਕਿ ਕੱਲਾ ਆਪਾਂ ਬੈਚ ਵੇਚਣ ਤੱਕ ਜਾਂ ਇਨਕਮ ਦਾ ਸਾਧਨ ਨਾ ਮੰਨੀਏ ਕਿ ਆਪਾਂ ਪੈਸੇ ਲੈਣੇ ਆਂ ਖਾਣਾ ਪੰਜਾਬ ਦਾ ਰਹਿਣਾ ਪੰਜਾਬ ਦਾ ਠੀਕ ਹੈ ਹਿੱਸਾ ਲੈਣੀਆਂ ਪੰਜਾਬ ਦੇ ਬੱਚੇ ਨਾਲ ਗੱਲ ਕਰਨੀ ਹੋਰ ਕਿਸੇ ਦੇ ਹੱਕ ਵਿੱਚ ਇਹ ਸਭ ਤੋਂ ਗਲਤ ਕਰ ਲਿਆ ਤਾਂ ਇਹ ਗੱਲ ਦੇ ਵਿੱਚ ਮੈਂ ਕਦੇ ਵੀ ਸਹਿਮਤ ਨਹੀਂ ਹੋਊਂਗਾ ਪੰਜਾਬ ਦੇ ਵਿੱਚ ਰਹਿੰਦਾ ਪੰਜਾਬ ਦੇ ਸਟੂਡੈਂਟਾਂ ਦਾ ਹੱਕ ਆ ਜਿਹੜਾ ਚਾਹੁੰਦਾ ਸਾਥ ਆਪ ਨੂੰ ਦੇਣਾ ਪਊਗਾ ਹਮੇਸ਼ਾ ਉਹਨਾਂ ਨਾਲ ਖੜੇ ਆ ਦੇਖੋ ਕੋਈ ਐਮਐਲਏ ਲੀਡਰ ਤਾਂ ਕਿ ਖੜਨ ਨਹੀਂ ਲੱਗਾ ਇਹਨਾਂ ਨਾਲ ਖੜਨਾ ਤਾਂ ਆਪਾਂ ਨੂੰ ਹੀ ਪਊਗਾ ਇਹਨਾਂ ਨਾਲ ਬੱਚਿਆਂ ਨਾਲ ਠੀਕ ਹੈ ਤੇ ਖੜਾਂਗੇ ਵੀ ਹੁਣ ਤੱਕ ਖੜੇ ਵੀ ਆ ਠੀਕ ਹੈ ਮੈਂ ਵੀਡੀਓ ਪਾਈ ਹੈ ਰਾਜੇ ਸਭ ਤੋਂ ਪਹਿਲਾਂ ਮੈਂ ਕੋਈ ਇਹਦੇ ਵਿੱਚ ਕਿਸੇ ਨੂੰ ਜੀ ਨਹੀਂ ਕਿਹਾ ਕੁਝ ਨਹੀਂ ਕਿਹਾ ਬਸ ਸਿੱਧੀ ਗੱਲ ਕਹੀ ਹੈ ਠੀਕ ਹੈ ਜਿਵੇਂ ਇੱਕ ਆਮ ਬੰਦਾ ਗੁੱਸੇ ਵਿੱਚ ਕਹਿੰਦਾਗਾ ਉਹ ਗੱਲ ਕਹੀ ਹੈ ਤੇ ਆਪਣੀ ਦੇਖੋ ਜੀਰੋ ਇੰਨਾ ਕੋਲੇ ਇਹ ਚੀਜ਼ਾਂ ਗੰਗਿਆ ਨੇ ਇਹਨਾਂ ਨੂੰ ਨਾਲ ਦੇ ਨਾ ਪਤਾ ਲੱਗ ਗਿਆ ਯਾਰ ਕਿ ਇੰਨੇ ਜਨਰਲ ਸਪੋਰਟ ਕਰੀ ਜਾਂਦੇ ਕਿ ਆਪਾਂ ਗੱਲ ਤਾਂ ਨਾਲ ਦੇ ਟ੍ਰਿਪਸ ਵੀ ਨੇ ਚੇਂਜ ਕਰਤਾ ਕਿ ਨਹੀਂ ਕਰਤਾ ਅਖਬਾਰ ਤੇ ਖਬਰਾਂ ਵਾਲੇ ਕਿਸ ਨੂੰ ਦਿਖਾਉਣਾ ساری ਚੀਜ਼ ਇਹ ਚੀਜ਼ਾਂ ਦਾ ਜਿਆ ਕਿਸ ਨੂੰ ਦੱਸ ਕੇ ਆਪਾਂ ਨੂੰ ਸੁਚੇਤ ਕਿਵੇਂ ਰਹਿਣਾ ਆਪਾਂ ਅੱਗੇ ਵੀ ਸੁਚੇਤ ਰਹਿਣਾਗਾ ਓਕੇ ਮੈਂ ਇਹਦਾ ਤੁਹਾਨੂੰ ਦੱਸ ਦਦਾਂ ਕਿਵੇਂ ਜੇ ਕੋਈ ਕੈਨੇਡੀਅਨ ਨਾਮ ਉਹ ਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦਾ ਇੰਸਟਾਗ੍ਰਾਮ ਤੇ ਮੇਰੀ ਜਿਹੜੀ ਪੁੱਲਰ 3318 ਦੇ ਨਾਮ ਤੇ ਹੈ ਦੇਖੋ ਇਹਦਾ ਕੁਆਲੀਫਾਈ ਨੇਚਰ ਹੀ ਹੋ ਗਿਆ ਇਹ ਪੇਪਰ ਇਹਦਾ ਤਾਂ ਤੁਸੀਂ ਕੁਝ ਸਮਝਣੇ ਨਾ ਕੋਈ ਚੱਕਰ ਨਹੀਂ ਹੁੰਦਾ ਇਹਦਾ ਤਾਂ ਆਪਾਂ ਨੂੰ ਕੋਈ ਮਤਲਬ ਹੀ ਨਹੀਂ ਰਿਹਾ ਠੀਕ ਹੈ ਸੋਵਰ ਦਾ ਪੇਪਰ ਹੋਣਾ ਸਾਰਾ ਠੀਕ ਹੈ ਔਰ ਉਹੀ ਚੀਜ਼ਾਂ ਸੇਮ ਟੂ ਸੇਮ ਆਹ ਪਤਾ ਨਾ ਮਤਲਬ ਸੇ ਇਹ ਜਿਹੜਾ ਇੰਨਾ ਵਧੀਆ ਕੰਮ ਕਰਦਾ ਨਾ ਨਜ਼ਾਰਾ ਲਿਆਤਾ 25 ਨੰਬਰਾਂ ਰੀਨੇ ਨੇ ਜੀਕੇ ਕਰਤੀ ਵੈਰੀ 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 ਗੁੱਡ ਬਹੁਤ ਵਧੀਆ ਮੈਂ ਟ੍ਰਿਪਲ ਐਸ ਬੀ ਨੂੰ ਬਧਾਈ ਦਿੰਦਾ ਭਾਈ ਸਾਹਿਬ ਕਿ ਬਹੁਤ ਵਧੀਆ ਤੁਸੀਂ ਫੈਸਲਾ ਕੀਤਾ ਹੈ ਠੀਕ ਹੈ 25 ਨੰਬਰ ਦਾ ਇਹਨਾਂ ਨੇ ਰੀਜ਼ਨਿੰਗ ਦੇ ਮੈਚ ਕਰਤੀ ਬਹੁਤ 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 ਵਧੀਆ ਕੰਮ ਕੀਤਾ ਇਹ ਵੀ ਇਹਨਾਂ ਨੇ ਠੀਕ ਹੈ ਤੇ ਇੰਗਲਿਸ਼ 12 ਨੰਬਰ ਦੀ ਕਰਤੀ ਚਲੋ ਇਹ ਵੀ ਜ਼ਰੂਰੀ ਹੈ ਨਾ ਇਹ ਵੀ ਜ਼ਰੂਰੀ ਇਹ ਸਭ ਬਹੁਤ ਸਹੀ ਕੀਤਾ ਇਹ ਵੀ ਹੁਣ ਨਹੀਂ ਵੀ ਇਹਨਾਂ ਨੂੰ ਗਲਤ ਕਹਿਣਾ ਪੰਜਾਬੀ 13 ਨੰਬਰ ਦੀ ਕਰਤੀ ਲੋ ਜੀ ਪੰਜਾਬੀ ਦੇ 1 ਨੰਬਰ ਬਹੁਤ ਵਧੀਆ ਕੰਮ ਕੀਤਾ ਇਹ ਵੀ ਠੀਕ ਹੈ ਕੰਪਿਊਟਰ 9 ਨੰਬਰ ਦਾ ਕਰਤਾ ਬਹੁਤ ਵਧੀਆ ਪੰਜਾਬੀ ਜੀ ਕੇ 16 ਨੰਬਰ ਦੀ ਕਰਤੀ ਠੀਕ ਹੈ ਕਿਉਂਕਿ ਪੀਪਲ 100 ਨੰਬਰ ਦਾ ਆਉਣਾ ਸੀ ਤਾਂ ਕਰਕੇ ਜਿਹੜੇ ਇਹਦੀ ਕਰਤੀ ਤਾਂ ਬੈਰੀ ਵੈਰੀ ਵੈਰੀ ਗੁੱਡ ਬਈ ਮੈਸ ਹੈਂ ਜਿਹੜਾ ਇਹ ਸਲੇਵਸ ਹੈ ਇਹਦੇ ਮੈਂ 100% ਐਗਰੀ ਹੈਗਾ ਬਿਲਕੁਲ ਜੈ ਸਲੇਵਸ ਹੈ ਬਿਲਕੁਲ ਸਹੀ ਸਲੇਵਸ ਹੈ ਇਹ ਹੁੰਦਾ ਸਲੇਵਸ ਪਹਿਲਾਂ ਇਹ ਸ਼ਰੀਅਮ ਧੱਕਾ ਕਰਦਾ ਸੀ ਠੀਕ ਹੈ ਚਲੋ ਕਈ ਵਾਰੀ ਗਲਤੀ ਹੋ ਜਾਂਦੀ ਹੈ ਕੋਈ ਚੱਕਰ ਨਹੀਂ ਆਪਣਾ ਗਲਤੀ ਤਾਂ ਜਿੱਥੇ ਆਪਾਂ ਗੱਲ ਜੇ ਕੋਈ ਗਲਤੀ ਕਰਦਾ ਉਹਨੂੰ ਰਿਅਲਾਈਜ਼ ਕਰਾਉਣਾ ਆਪਣਾ ਹੱਕ ਹੈਗਾ ਠੀਕ ਹੈ ਬਾਕੀ ਜਿਹਨੂੰ ਹੋਰ ਬਿਤਾਦਾ ਜਿਹੜੇ ਜਿਹੜੇ ਬੰਦੇ ਸਹਿਯੋਗ ਦਿੱਤਾ ਉਹਨਾਂ ਦੀ ਵੀ ਗੱਲ ਕਰਦੇ ਆਪਾਂ ਦੇਖੋ ਆਹ ਖਬਰ ਲੱਗੀ ਹੋਈ ਹੈ ਪੰਜਾਬ ਦੀ ਸੁਬਾਵਾ ਬਾਵਾ ਡਾਣਾ ਦੇਖੋ ਆਹ ਖਬਰ ਲਾਈ ਹੋਈ ਹੈ ਠੀਕ ਹੈ ਜੀ ਪੰਜਾਬ ਦੇ ਸਵਾਮ ਬੋਰਡ ਚੋਣ ਬੋਰਡ ਨੇ ਸਲੇਵਸ ਬਦਲ ਕੇ ਪੰਜਾਬੀ ਭਾਸ਼ਾ ਦਾ ਕੀਤਾ ਦਰਕਰਨ ਜੰਮੇ ਖਤਮ ਕਰਤੀ ਪੰਜਾਬੀ ਭਾਸ਼ਾ ਤੇ ਬਹੁਤ ਬਹੁਤ ਵਧੀਆ ਇਹ ਫੈਸਲਾ ਲਿਆਤਾ ਆ ਜਿਨ੍ਹਾਂ ਨੇ ਖਬਰ ਲਵਾਈ ਹੈ ੜਬਾ ਮੰਡੀ ਤੋਂ ਠੀਕ ਹੈ ਜੀ ਤਾਰੀਖ ਪੰਜਾਬ ਸਰਕਾਰ ਦੇ ਕਰਮਚਾਰੀ ਦੀ ਭਰਤੀ ਵਿੱਚ ਪੰਜਾਬੀ ਨੂੰ ਕੋਰਾ ਪੰਜਾਬੀ ਨੂੰ ਖੋਰਾ ਲਾਉਣ ਦਾ ਦੋਸਤ ਬੇਰੀ ਬੇਰੀ ਇੰਪੋਰਟੈਂਟ ਗੱਲਾਂ ਨੇ ਠੀਕ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਭਾਸ਼ਾ ਦਾ ਸਲੇਵਸ ਵਧਾਉਣ ਦੀ ਮੰਗ ਲਉ ਨਜ਼ਾਰਾ ਲਿਆਤਾ ਆ ਠੀਕ ਹੈ ਤਾਂ ਇਹ ਗੱਲ ਇੰਨੀ ਹਾਈਲਾਈਟ ਹੋ ਗਈ ਸੀ ਤੇ ਜੇ ਰਾਜੇ ਮੈਂ ਇਹ ਕਹਿਣਾ ਚਾਹੁੰਦਾ ਦੂਜੇ ਚੈਨਲਾਂ ਨੂੰ ਜੇ ਕੋਈ ਹੋਰ ਕੋਈ ਚੈਨਲ ਵਾਲਾ ਮੇਰੀ ਵੀਡੀਓ ਦੇਖ ਰਿਹਾ ਹੈ ਨਾ ਮੈਂ ਇਹੀ ਗੱਲ ਕਹਿਣਾ ਜੁਣ ਕਿ ਪੰਜਾਬ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਬੀਟਿੰਗ ਲਿਸਟ ਤੱਕ ਇਹ ਬੀਟਿੰਗ ਲਿਸਟ ਜਾਰੀ ਕਰਦੀ ਹੈ ਉਹਦੇ ਤਾਈਂ ਕਿਸੇ ਬੱਚੇ ਨੂੰ ਕੋਈ ਲੋੜ ਆ ਜਾਂਦੀ ਕਿ ਬੀਟਿੰਗ ਲਿਸਟ ਜਾਰੀ ਹੋਵੇ ਹੈ ਨਾ ਜਦੋਂ ਨਵੀਂ ਪਾਠਕ ਟਾਈਮ ਸਰ ਕਢਾਉਣੀ ਹੈ ਤਾਂ ਸਾਰੇ ਆਪਾਂ ਇੱਕ ਇੱਕੋ ਪਲੇਟਫਾਰਮ 'ਤੇ ਇਕੱਠੇ ਹੋਇਆ ਕਰੀਏ ਠੀਕ ਹੈ ਸਾਰੇ ਇੱਕੋ ਪਲੇਟਫਾਰਮ 'ਤੇ ਇਕੱਠੇ ਹੋਇਆ ਕਰੀਏ ਤਾਂ ਕਰਕੇ ਹਰੇਕ ਬੱਚੇ ਦਾ ਨੌਕਰੀ ਦਾ ਹੱਲ ਵੀ ਹੋ ਸਕੇ ਹਰੇਕ ਬੱਚੇ ਦਾ ਸਮੇਂ ਸਿਰ ਟੈਪੇਪਰ ਵੀ ਹੋ ਸਕੇ ਤੇ ਕਿਸੇ ਤੱਕੇ ਨਾ ਖਾਣੇ ਪੈਣਾ ਪੋਸਟਾ ਵੀ ਸਹੀ ਟਾਈਮ ਤੇ ਹੋਣਾ ਮੈਂ ਇਹੀ ਕਹਿਣਾ ਚਾਹੁੰਦਾ ਜਿੰਨੇ ਵੀ ਹਰਟੀਚਰ ਜੋ ਕੋਈ ਮੇਰੀ ਵੀਡੀਓ ਦੇਖਦਾਗਾ ਸਮਝਦਾ ਕਿ ਆਪਾਂ ਸਾਰੇ ਰੂ ਸਟੂਡੈਂਟਾਂ ਨਾਲ ਹਰ ਸਮੇਂ ਖੜਨਾ ਚਾਹੀਦਾ ਹਾਂ ਜਿਵੇਂ ਹੁਣ ਆਪਾਂ ਇਕੱਠਾ ਕਰਕੇ ਆਹ ਜੀ ਚੱਕੀ ਸੀ ਦੇਖੋ ਹੱਲ ਹੋ ਗਿਆ ਕਿ ਨਹੀਂ ਹੋਇਆ ਆਹ ਹੱਲ ਹੋ ਜਾਂਦਾ ਹੁੰਦਾ ਠੀਕ ਹੈ ਤੇ ਅੱਗੇ ਤੋਂ ਵੀ ਆਪਾਂ ਇਹੀ ਕਰਨਾਗਾ ਰਲ ਮਿਲ ਕੇ ਚੱਲਣਾ ਸਾਰੇ ਨੇ ਤੇ ਰਾਜੇ ਅੱਗੇ ਤੋਂ ਵੀ ਤੁਹਾਨੂੰ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਠੀਕ ਹੈ ਕਿਦੋਂ ਵੀ ਆਪਾਂ ਸੁਚੇਤ ਰਹਿਣਾਗਾ ਤੇ ਆਪਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਤਰੱਕੀ ਵੱਲ ਜਾਣਾਗਾ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਹਮੇਸ਼ਾ ਇਕ ਦੂਜੇ ਦੇ ਨਾਲ ਖੜਨਾ ਆਪਾਂ ਹੀ ਇੱਕ ਦੂਜੇ ਦੇ ਨਾਲ ਖੜਾਂਗੇ ਹੋਰ ਕਿਸੇ ਨੇ ਨਹੀਂ ਖੜਨਾ ਠੀਕ ਹੈ ਜਿਹੜੇ ਚੈਨਲ ਦੀ ਵੀ ਤੁਹਾਨੂੰ ਗੱਲ ਕੀਤੀ ਇੱਕ ਦੀ ਉਹਨਾਂ ਤੋਂ ਮੈਨੂੰ ਕੋਈ ਉਮੀਦ ਨਹੀਂ ਰਹੀ ਨਹੀਂ ਪਹਿਲਾ ਪੰਜਾਬ ਇੱਕ ਸੱਚ ਉਹਨੇ ਗੱਲ ਹੋ ਸਨੋ ਉਹਨਾਂ ਦੇ ਮੈਂ ਕਿਹਾ ਹੋਦਾ ਉਹਨਾਂ ਨੇ ਜਿਹੜਾ ਥੰਬਨੇਲ ਲਾਇਆ ਹੋਇਆ ਸੀ ਨਾ ਉੱਪਰ ਥੰਬਨੇਲ ਉਹ ਵੀ ਹਿੰਦੀ ਚ ਲਾਇਆ ਹੋਇਆ ਸੀ ਪਹਿਲਾਂ ਮੈਨੂੰ ਇਹ ਲੱਗਿਆ ਮੈਂ ਕੋਈ ਹਿੰਦੀ ਚੈਨਲ ਆ ਯਾਰ ਜਦੋਂ ਥੱਲੇ ਦੇਖਿਆ ਮੈਂ ਕਹਿੰਦਾ ਪੰਜਾਬ ਦਾ ਚੈਨਲ ਆਪਣਾ ਠੀਕ ਹੈ ਬਟ ਹਿੰਦਿਆ ਚੈਨਲ ਦਾ ਫਿਰ ਮੈਨੂੰ ਪਤਾ ਲੱਗਾ ਮੈਂ ਯਾਰ ਗਲਤ ਕਰ ਲਿਆ ਇੰਨੇ ਉਹਨਾਂ ਦੀ ਵੀਡੀਓ ਥਲੇ ਇੱਕ ਵੀ ਬੱਚੇ ਨੇ ਪੋਜ਼ਿਟਿਵ ਕਮੈਂਟ ਨਹੀਂ ਕੀਤਾ ਇੱਕ ਵੀ ਬੱਚੇ ਨੇ ਪੋਜ਼ਿਟਿਵ ਕਮੈਂਟ ਕੀਤਾ ਹੋਵੇ ਤਾਂ ਕਰਕੇ ਠੀਕ ਹੈ ਜਿੱਧਰ ਤੁਹਾਨੂੰ ਲੱਗਦਾਗਾ ਠੀਕ ਹੈ ਕਿ ਬੱਚੇ ਬਾਦ ਸਪੋਰਟ ਕਰ ਰਹੇ ਆ ਸਹੀ ਆ ਆਪਾਂ ਵੀ ਸਹੀ ਆ ਇੰਦੀ ਤਾਂ ਪਰਖ ਹੁਣ ਆਪ ਨੂੰ ਹੋਈ ਜਾਂਦੀ ਹੈ ਹੁਣ ਆਪਾਂ ਐਡ ਮਚਿਓਰ ਆ ਸਾਰੇ ਠੀਕ ਹੈ ਕਿਸੇ ਬੱਚੇ ਨੇ 12ਵੀਂ ਕੀਤੀ ਹੋਣਾ ਕੋਈ ਬੀਏ ਹੋਣਾ ਕੋਈ ਐਮਏ ਹੋਣਾ ਕੋਈ ਪੀਐਚਡੀ ਹੋਣਾ ਆਪਾਂ ਅੱਜ ਦੇ ਸਮੇਂ ਦੇ ਵਿੱਚ ਮਚਿਓਰ ਆਪਾਂ ਨੂੰ ਹਰੇਕ ਚੀਜ਼ ਦਾ ਪਤਾ ਕਿ ਚੰਗਾ ਕੀ ਹੈ ਮਾੜਾ ਕੀ ਹੈ ਮੈਂ ਵੀ ਕੁਝ ਉਹਨਾਂ ਵੇਰੀ ਹੈਗਾ ਕਿ ਸੋਨੂੰ ਮੈਂ ਤੁਹਾਨੂੰ ਦੋ ਗੱਲਾਂ ਕਹਿ ਕੇ ਤੁਹਾਨੂੰ ਮੰਗਰ ਲਾ ਲੂੰਗਾ ਤੁਹਾਨੂੰ ਆਪ ਦੇ ਸੈਂਸ ਹੈਗੀ ਆ ਸੋਨੂੰ ਵੀ ਪਤਾ ਲੱਗਦਾ ਹੋਊਗਾ ਕਿ ਮੈਂ ਸਹੀ ਆ ਕਿਤੇ ਗਲਤ ਆ ਕਿਸੇ ਗੱਲ ਤੇ ਠੀਕ ਹੈ ਤਾਂ ਕਰਕੇ ਹਰੇਕ ਬੱਚੇ ਨੂੰ ਹਰੇਕ ਬੰਦੇ ਨੂੰ ਆਪ ਦਾ ਪਤਾ ਹੁੰਦਾ ਕਿ ਆਪ ਸਹੀ ਹੈ ਜੁਰਾਪ ਨੂੰ ਪਤਾ ਕੀ ਯਾਰ ਇੱਕ ਪਾਸੇ ਬੱਚਾ ਨੁਕਸਾਨ ਹੋਈ ਜਾਂਦਾ ਆਪਾਂ ਉਥੇ ਬਾਰੇ ਸਿਆਣੇ ਬਣੋ ਆਇਨਾ ਸਮਝੋ ਕਿ ਹਾਂ ਹਾਂ ਚਲੋ ਵਧੀਆ ਗੱਲ ਹੋਊਗੀ ਇੰਗਲਿਸ਼ ਬਦ ਨੰਬਰ ਦੇ ਪਾਦੀ ਸਾਡੇ ਵਿੱਚ ਬੈਕ ਜਾਣਗੇ ਇਹ ਹੀ ਸੋਚ ਦੇਖੀ ਆ ਮੈਂ ਵਿੱਚ ਠੀਕ ਹੈ ਤਾਂ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਤੇ ਬਰੀਆ ਸਪੋਰਟ ਕਰੋ ਬੱਚਿਆਂ ਦੀ ਤੇ ਸੋਡੇ ਨਾਲ ਰਾਜ ਹਮੇਸ਼ਾ ਖੜੇ ਠੀਕ ਹੈ ਹਮੇਸ਼ਾ ਖੜਾਂਗੇ ਹੁਣ ਮੇਨ ਮੁੱਦਾ ਇਹ ਤੋਂ ਬਾਅਦ ਆਪਣਾ ਹੈਗਾਗਾ ਪੰਜਾਬ ਪੁਲਿਸ ਦੀ ਭਰਤੀ ਜਲਦ ਰੋ ਜਲ ਦਾ ਸਾਕੇ ਠੀਕ ਹੈ ਪੰਜਾਬ ਪੁਲਿਸ ਦੀ ਭਰਤੀ ਜਲਦ ਰੋ ਜਲ ਦਾ ਸਾਕੇ ਉਹ ਆਪਾਂ ਜਲਦੀ ਤੋਂ ਜਲਦੀ ਦਾ ਵੀ ਹੱਲ ਕਰਵਾਵਾਂਗੇ ਤੇ ਆ ਮੋਰਚਾ ਦਾ ਭਾਈ ਆਪਾਂ ਜਿੱਤ ਲਿਆ ਠੀਕ ਹੈ ਅੱਗੇ ਤੋਂ ਵੀ ਸचेत ਰਹਿਣਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਹੈ ਇੱਕ ਪਲੇਟਫਾਰਮ 'ਤੇ ਇਕੱਠਾ ਹੋ ਕਰੋ ਬਦਰਬਾਰ ਸਪੋਰਟ ਕਰਿਆ ਕਰੋ ਠੀਕ ਹੈ ਜੀ ਤੇ ਤੁਹਾਡੀ ਜਿੱਤ ਹੋ ਗਈ ਹੈ ਭਾਈ ਤੁਹਾਡੀ ਤੇ ਜਿਉਂਦੇ ਬਦੇ ਰਹੋ ਜ਼ਿੰਦਗੀ 'ਚ ਹਮੇਸ਼ਾ ਤਰੱਕੀਆਂ ਕਰੋ ਠੀਕ ਹੈ ਰਾਜੀ ਤੇ ਬਾਕੀ ਜੇ ਕੋਈ ਕੈਂਡੀਡੇਟ ਨੂੰ ਦੱਸਣਾ ਚਾਹੁੰਦਾ ਕਿ ਜੇ ਪੰਜਾਬ ਪੁਲਿਸ ਦੀ ਕਿਉਂਕਿ ਪੰਜਾਬ ਪੁਲਿਸ ਦਾ ਪੇਪਰ ਹੋਗਾ ਚੰਡੀਗੜ੍ਹ ਪੁਲਿਸ ਦੀ ਤਿਆਰੀ ਕਰਨਾ ਚਾਹੁੰਦਾ ਤੇ ਪੰਜਾਬ ਐਂਡ ਹਰਿਆਣਾ ਦੇ ਵਿੱਚ ਵੀ ਰਾਜੇ ਨੂੰ ਪਤਾ ਹੋਣਾ ਹੈ ਕਿ ਆਪਣਾ ਬਾਜ਼ ਮੈਂ ਇਹਦੀਆਂ ਵੈਕੈਂਸੀਆਂ ਆਂਗੀਆਂ ਸੀ ਠੀਕ ਹੈ ਪੀ ਟ੍ਰਿਪਲ ਐਸ ਵੀ ਦਾ ਪੇਪਰ ਹੋਊਗਾ ਹੁਣ ਪਲੱਸ ਵੀਡੀਓ ਇਹ ਪੇਪਰ ਜਾਰੀ ਕਰਨਾ ਚਾਹੁੰਦਾ ਉਹ ਆਪਣੀ ਐਪ ਤੋਂ ਵੀ ਕਰ ਸਕਦਾ ਦਾ ਜੀ ਐਪ ਦਾ ਨਾਮ ਹੈਗਾ ਆਪਣੀ ਦਾ ਦੀਪ ਭੁੱਲਰ ਐਜੂਕੇਸ਼ਨ ਅਰਾ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਤੇ ਆਪਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ 78 ਈਕੜਾੜੀ 85915 ਤੇ ਮੈਨੂੰ ਕਾਲ ਵੀ ਕਰ ਸਕਦੇ ਜਿੱਦਾਂ ਬੱਚੇ ਕੋਲੇ ਆਈਫੋਨ ਹੈ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਉਹ ਆਰਜੀ ਕੋਡ ਮੰਗਿਆ ਜਾਊਗਾ ਡਬਲ ਐਕਸ ਰੈਂਪ ਠੀਕ ਹੈ ਰਾਜੀ ਤੇ ਟੈਲੀਗ੍ਰਾਮ ਦਾ ਗਰੁੱਪ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਹੇ ਹਾਂ ਜੋ ਤੁਸੀਂ ਫ੍ਰੀ ਐਡ ਹੋ ਸਕਦੇ ਹੋ ਠੀਕ ਹੈ ਬਾਕੀ ਆਪਣੀ ਡੇਲੀ ਪੰਜਾਬ ਜੀ ਕਿਹਨੇ ਕਲਾਸਾਂ ਲੱਗਦੀਆਂ ਉਹਨੂੰ ਲਾਇਆ ਕਰੋ ਤੇ ਦੋ ਤੋਂ ਪਰਸੋਂ ਦੋ ਤੋਂ ਤਿੰਨ ਦਿਨਾਂ ਤੱਕ ਆਪਾਂ ਮੈਥ ਦੀਆਂ ਕਲਾਸਾਂ ਵੀ ਸ਼ੁਰੂ ਕਰ ਰਹੇ ਹਾਂ ਠੀਕ ਹੈ ਜੀ ਜਿਸੇ ਬੱਚੇ ਨੂੰ ਡਿਟੇਲ ਦੇ ਵਿੱਚ ਲੈਕਚਰ ਲਾਉਣੇ ਹੋ ਆਪਣੀ ਐਪ ਤੋਂ ਵੀ ਲਗਾ ਸਕਦਾ ਠੀਕ ਹੈ ਰਾਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਾਦੇ ਰੋ ਪੰਜਾਬ ਪੁਲਿਸ ਦਾ ਗਰੰਟੀ ਵਿੱਚ ਹੋਊਗਾ ਕਿ ਜਿਹੜਾ ਬੱਚਾ ਪਰਚੇਜ਼ ਕਰਦਾ ਹੈ ਤੇ ਜਿਹੜਾ ਬੱਚਾ ਉਹ ਆਪਣਾ ਸਲੀਵਸ ਕਵਰ ਕਰਦਾ ਉਹਦਾ ਪੇਪਰ ਕਲੀਅਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਧੰਨਵਾਦ